ਹੈਲੋ एवरीवन वेलकम अगेन ऑन माय YouTube चैनल ਤਾਂ ਅੱਜ ਆਪਾਂ ਕੁਝ Idioms ਦੀ ਗੱਲ ਕਰਾਂਗੇ ਉਹ ਵਾਲੇ Idioms ਜਿਹੜੇ ਕਾਮਨ ਟੂ ਯੂਜ਼ ਹੈਗੇ ਨੇ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਆ ਤਾਂ ਓਕੇ ਸਟਾਰਟ ਕਰਨ ਤੋਂ ਪਹਿਲਾਂ ਸੰਡੇ ਨੂੰ ਇੱਕ ਬਿਲਕੁਲ ਫ੍ਰੀ ਆਫ ਕੋਸਟ ਕਲਾਸ ਹੁੰਦੀ ਹੈ ਆਇਲਸ ਦੀ ਜਿਹਦੇ ਵਿੱਚ ਸਪੀਕਿੰਗ ਰਾਈਟਿੰਗ ਲਿਸਨਿੰਗ ਰੀਡਿੰਗ ਸਾਰਾ ਕੁਝ ਆਪਾਂ ਕਵਰ ਕਰਦੇ ਹਾਂ ਤੁਸੀਂ ਉਹ ਲਿੰਕ ਨੂੰ ਜੁਆਇਨ ਕਰ ਲਓ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਬਿਲਕੁਲ ਫ੍ਰੀ ਆਫ ਕੋਸਟ ਕਲਾਸ ਹੈ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਸਪੀਕਿੰਗ ਦੀ ਇੰਟਰੋ ਦੀ ਕਿਊ ਕਾਰਡ ਫਾਲੋਅ ਅਪਸ ਦੀ ਜਿਹੜੀ ਪੀਡੀਐਫ ਹੈ ਮੇਰੀ ਖੁਦ ਹੀ ਲਿਖੀ ਹੋਈ ਹੋ ਰੈਡੀ ਹੈ ਤੁਸੀਂ ਬਾਏ ਕਰਨਾ ਚਾਹਲਿਓ ਤਾਂ ਕਰ ਸਕਦੇ ਹੋ ਤੁਹਾਨੂੰ ਵਾਰ-ਵਾਰ YouTube ਤੇ ਆਉਣ ਦੀ ਲੋੜ ਨਹੀਂ ਪਾਊਗੀ 3 ਨੰਬਰ গিਵਨ ਹੈ ਆਨਲਾਈਨ ਐਂਡ ਆਫਲਾਈਨ ਆਇਲਸ ਐਂਡ ਪੀਟੀ ਦੇ ਕਲਾਸਸ ਦੇ ਲਈ ਕੰਟੈਕਟ ਕਰ ਸਕਦੇ ਹੋ ਨੈਕਸਟ 2 ਮੰਥਸ ਦੇ ਲਈ ਦੇ ਲਈ ਮੈਂ ਮੁਹਾਲੀ ਚ ਹੈਗਾ ਜੇ ਕੋਈ ਮੁਹਾਲੀ ਦੇ ਵਿੱਚ 1 ਆਰ 2 ਆਰ ਦਾ ਬੈਚ ਲੈਣਾ ਚਾਹੁੰਦਾ ਤਾਂ ਮੈਂ ਟਾਈਮ ਦੇ ਸਕਦਾ ਕੋਈ ਇਸ਼ੂ ਨਹੀਂ ਹੈ ਓਕੇ ਤਾਂ ਪਹਿਲਾ ਆਈਡੀਅਮ ਹੈ ਜੀ ਆਪਣੇ ਕੋਲੇ ਹੋਲਡ ਯਰ ਹਾਰਸਸ ਹੋਲਡ ਯਰ ਹਾਰਸਸ ਦਾ ਮਤਲਬ ਪੰਜਾਬੀ ਦੇ ਵਿੱਚ ਹੁੰਦਾ ਜੀ ਸਬਰ ਰੱਖੋ ਤਾਂ ਐਗਜ਼ਾਮਪਲ ਦੇਖੋ ਨਾਲ ਐਗਜ਼ਾਮਪਲਸ ਵੀ ਲਿਖੀਆਂ ਨੇ ਹੋਲਡ ਯਰ ਹਾਰਸਸ ਲੈਟ ਮੀ ਫਿਨਿਸ਼ ਮਾਈ ਲੰਚ ਫਸਟ ਮਤਲਬ ਕਿ ਸਬਰ ਰੱਖ ਵੇਟ ਕਰ ਇੱਕ ਦੋ ਮੂਮੈਂਟ ਵੇਟ ਕਰ ਮੈਂ ਮੇਰਾ ਲੰਚ ਤਾਂ ਫਿਨਿਸ਼ ਕਰ ਲਾਂ ਜਾਂ ਹੋਰ ਐਗਜ਼ਾਮਪਲ ਦੇਖ ਲਓ ਕਿ ਤੁਸੀਂ ਕਿਤੇ ਜਾ ਰਹੇ ਹੋ ਡਰਾਈਵ ਕਰ ਰਹੇ ਹੋ ਨਾਲ ਦਾ ਕਹਿ ਰਿਹਾਗਾ ਇੱਧਰ ਨੂੰ ਮੋੜ ਲਾ ਉੱਧਰ ਨੂੰ ਮੋੜ ਲਾ ਹਨ ਤਾਂ ਪਰ ਸ਼્યોਰ ਨਹੀਂ ਹੈਗਾ ਉਹ ਵੀ ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਹੋਲਡ ਯਰ ਹਾਰਸਸ ਲੈਟ ਮੀ ਚੈੱਕ ਔਨ ਦੀ ਗੂਗਲ ਮੈਪ ਮੈਨੂੰ ਗੂਗਲ ਮੈਪ ਦੇ ਉੱਪਰ ਚੈੱਕ ਕਰਨ ਦਿਓ ਤੁਸੀਂ ਕੰਟਰੋਲ ਰੱਖੋ ਤਾਂ ਹੋਲਡ ਯਰ ਹਾਰਸਸ ਆਈ ਹੋਪ ਕਿ ਯਾਦ ਹੋ ਗਿਆ ਹੋਣਾ ਹੋਲਡ ਯਰ ਹਾਰਸਸ ਨੈਕਸਟ ਆਪਣੇ ਕੋਲ ਹੈਗਾ ਜੀ ਟੂ ਬ੍ਰੇਕ ਸਮਵਨਜ਼ ਬੱਬਲ ਮਤਲਬ ਕਿ ਕਿਸੇ ਦੀ ਉਮੀਦ ਤੋੜ ਦੇਣਾ ਯਾਰ ਚੰਗੀ ਗੱਲ ਨਹੀਂ ਹੁੰਦੀ ਉਮੀਦ ਤੋੜਨਾ ਥੋੜੀ ਵੀ ਕਿਸੇ ਨਾ ਕਿਸੇ ਨੂੰ ਉਮੀਦ ਤਾਂ ਤੋੜੀ ਹੋਣੀ ਹੈ ਠੀਕ ਹੈ ਟੂ ਸਮਵਨ ਟੂ ਮੇਕ ਸਮਵਨ ਹੋਪਲੈਸ ਠੀਕ ਹੈ ਤਾਂ ਡੇਲੀ ਲਾਈਫ ਦਾ ਈਡੀਅਮ ਹੈ ਤੁਸੀਂ ਵੈਸੇ ਹੀ ਪੰਜਾਬੀ ਦੇ ਵਿੱਚ ਵੀ ਗੱਲ ਕਰਦੇ ਹੋ ਨਾ ਤੁਸੀਂ ਇਹ ਕਹਿ ਸਕਦੇ ਹੋ ਡੋਂਟ ਡੋਂਟ ਬ੍ਰੇਕ ਮਾਈ ਬੱਬਲਸ ਮਤਲਬ ਕਿ ਮੇਰੀ ਉਮੀਦ ਨਾ ਤੋੜ ਯਾਰ ਠੀਕ ਹੈ ਤਾਂ ਐਗਜ਼ਾਮਪਲ ਦੇਖੋ ਸਮ ਪੀਪਲ ਹੈਵ ਅ ਹੈਬਿਟ ਆਫ ਬ੍ਰੇਕਿੰਗ ਸਮਵਨਸ ਬੱਬਲ ਕੁਝ ਲੋਕਾਂ ਦੀ ਆਦਤ ਹੀ ਹੁੰਦੀ ਹੈ ਕੁਝ ਲੋਕ ਆਪਣੇ ਕਿਸੇ ਦੀਆਂ ਉਮੀਦਾਂ ਤੋੜਨ ਦੀ ਠੀਕ ਹੈ ਤਾਂ ਇੱਕ ਆਪਣਾ ਕਯੂ ਕਾਰਡ ਹੈਗਾ ਜਿਵੇਂ ਡਿਸਕ੍ਰਾਈਬ ਅ ਡਿਫਿਕਲਟ ਥਿੰਗ ਥੈਟ ਯੂ ਡਿਡ ਉਹਦੇ ਵਿੱਚ ਤੁਸੀਂ ਇਹ ਲਾਈਨ ਯੂਜ਼ ਕਰ ਸਕਦੇ ਹੋ ਪਾਸਟ ਦੇ ਵਿੱਚ ਵੈਨ ਆਈ ਸਟਾਰਟਡ ਲਰਨਿੰਗ ਡਰਾਈਵਿੰਗ ਵਨ ਆਫ ਮਾਈ ਫਰੈਂਡਸ ਬ੍ਰੋਕ ਮਾਈ ਬੱਬਲ ਬਾਈ ਸੇਇੰਗ ਯੂ ਕੈਨ ਨੋਟ ਲਰਨ ਡਰਾਈਵਿੰਗ ਸੌਰੀ ਥੋੜਾ ਜਿਹਾ ਕੋਲਡ ਰੱਖਿਆ ਤਾਂ ਜਦੋਂ ਮੈਂ ਡਰਾਈਵਿੰਗ ਸਿੱਖਣੀ ਸਟਾਰਟ ਕੀਤੀ ਤਾਂ ਇੱਕ ਮੇਰੇ ਦੋਸਤ ਨੇ ਹੀ ਮੇਰੀ ਉਮੀਦ ਤੋੜ ਦਿੱਤੀ ਇਹ ਕਹਿ ਕੇ ਕਿ ਤੂੰ ਡਰਾਈਵਿੰਗ ਨਹੀਂ ਸਿੱਖ ਸਕਦਾ ਕੈਨ ਨਾਟ ਨੂੰ ਮੈਂ ਹਾਈਲਾਈਟ ਕਿਉਂ ਕੀਤਾ ਬਹੁਤ ਬੱਚੇ ਕੈਨ ਅਲੱਗ ਪਾ ਦਿੰਦੇ ਨੇ ਨਾਟ ਅਲੱਗ ਪਾ ਦਿੰਦੇ ਨੇ ਉਹ ਕੈਨ ਨਾਟ ਬਣ ਜਾਂਦਾ ਕੈਨ ਨਾਟ ਇਕੱਠਾ ਵਰਡ ਹੁੰਦਾ ਇਸ ਕਰਕੇ ਇਕੱਠਾ ਪੜਿਆ ਕਰੋ make to end meets ਇਹਦਾ ਮਤਲਬ ਹੁੰਦਾ ਕਿ ਇਨਫ ਮਨੀ ਹੋਣਾ ਮਤਲਬ ਜਿੰਨੇ ਵੀ ਕੰਮ ਕਰਨੇ ਨੇ ਉਹਨਾਂ ਦੇ ਲਈ ਪੂਰੇ-ਪੂਰੇ ਪੈਸੇ ਨੇ ਵੀ ਕੋਈ ਵਿੱਚੋਂ ਜੇ ਮਾੜੇ-ਮੋٹے ਪੈਸੇ ਵੀ ਕੱਢਦੇ ਆ ਤਾਂ ਕੰਮ ਖਰਾਬ ਹੋ ਸਕਦਾ ਤਾਂ ਐਗਜ਼ਾਮਪਲ ਦੇਖੋ ਇਟ ਮਾਈਟ ਨਾਟ ਬੀ এবਲ ਟੂ ਮੇਕ ਐਂਡਸ ਮੀਟ ਬਟ ਆਈ ਵਾਂਟ ਟੂ ਵਿਜ਼ਿਟ ਥਿਸ ਪਲੇਸ ਤਾਂ ਆਪਣਾ ਇੱਕ ਕਿਊ ਕਾਰਡ ਹੈਗਾ ਨਾ ਕਿ ਡਿਸਕ੍ਰਾਈਬ ਅ ਪਲੇਸ ਦੈਟ ਯੂ ਵਾਂਟ ਟੂ ਵਿਜ਼ਿਟ ਹਣ ਤਾਂ ਉਹਦੇ ਚ ਤੁਸੀਂ ਇਹ ਲਾ ਸਕਦੇ ਹੋ ਕਿ ਇਹ ਸ਼ਾਇਦ ਐਵੇਂ ਤਾਂ ਨਹੀਂ ਹੈਗਾ ਵੀ ਮਤਲਬ ਪੂਰੇ ਪੂਰੇ ਪੈਸੇ ਨਹੀਂ ਮੇਰੇ ਕੋਲੇ ਪਰ ਮੈਂ ਫਿਰ ਵੀ ਇਸ ਪਲੇਸ ਨੂੰ ਵਿਜ਼ਿਟ ਕਰਨਾ ਚਾਹਣੀ ਆ ਜਾਂ ਚਾਹਨਾ ਆ ਠੀਕ ਹੈ ਪ੍ਰਾਈਟੀ ਪੈਣੀ ਪ੍ਰਾਈਟੀ ਪੈਣੀ ਹੁੰਦਾ ਮਤਲਬ ਐਕਸਪੈਂਸਿਵ ਥਿਸ ਪੀਸ ਆਫ ਕਲੋਥ ਜਿੱਦਾਂ ਆਪਣੇ ਪੀਸ ਆਫ ਕਲੋਥ ਜਾਂ ਡਿਸਕ੍ਰਾਈਬ ਅ ਗਿਫਟ ਉਹਦੇ ਵਿੱਚ ਤੁਸੀਂ ਲਾਈਨ ਯੂਜ਼ ਕਰ ਸਕਦੇ ਹੋ Idiom ਯੂਜ਼ ਕਰ ਸਕਦੇ ਹੋ ਥਿਸ ਪੀਸ ਆਫ ਪੀਸ ਆਫ ਕਲੋਥ ਔਰ ਜੈਕਟ ਵਾਸ ਪ੍ਰੈਟੀ ਪੈਨੀ ਟੂ ਮੀ ਇਹ ਮੇਰੇ ਲਈ ਐਕਸਪੈਂਸਿਵ ਸੀਗਾ ਬਟ ਆਈ ਬੌਟ ਇਟ ਬਿਕੋਜ਼ ਆਈ ਵਾਂਟਡ ਟੂ ਲੁੱਕ ਨਾਈਸ ਪਰ ਫਿਰ ਵੀ ਮੈਂ ਇਹ ਖਰੀਦੀ ਕਿਉਂਕਿ ਮੈਂ ਸੋਹਣਾ ਲੱਗਣਾ ਚਾਹੁੰਦੀ ਸੀ ਜਾਂ ਸੋਹਣਾ ਲੱਗਣਾ ਚਾਹੁੰਦਾ ਸੀ ਬੀਟ ਅਰਾਊਂਡ ਦੀ ਬੁਸ਼ ਇਹਦਾ ਮਤਲਬ ਹੈ ਕਿਸੇ ਨੂੰ ਕੋਈ ਗੱਲ ਡਾਇਰੈਕਟ ਨਾ ਦੱਸਣਾ ਉਹੀ ਮਤਲਬ ਕਮਾ ਫਰਾ ਕੇ ਗੱਲਾਂ ਕਰੀ ਜਾਣਾ ਤਾਂ ਡੇਲੀ ਲਾਈਫ ਦੇ ਵਿੱਚ ਇਦਾਂ ਹੀ ਹੁੰਦਾ ਬੜੇ ਲੋਕਾਂ ਨੂੰ ਤੁਸੀਂ ਵੀ ਜਾਣਦੇ ਹੋਗੇ ਜਿਹੜੇ ਸਿੱਧੀ ਗੱਲ ਨਹੀਂ ਦੱਸਦੇ ਉਹੀ ਕੁਮਾਫਰਾ ਕਿ ਜਿਵੇਂ ਕਹਿ ਲੋ ਕਿ ਪਿੰਡਾਂ ਦੇ ਵਿੱਚ ਲਾ ਲੋ ਵੀ ਕੁੜੀ ਦਾ ਭਰਾ ਮਤਲਬ ਭੈਣ ਦਾ ਇੱਕ ਦਾ ਭਰਾ ਕਿਤੇ ਖਰਚਾ ਖੁਰਚਾ ਕਰਾਇਆ ਤਾਂ ਘਰੇ ਆ ਕੇ ਕਲੀਅਰ ਜੀ ਗੱਲ ਨਹੀਂ ਦੱਸਦਾ ਉਹ ਚੀਜ਼ ਠੀਕ ਹੈ ਬਟ ਐਗਜ਼ਾਮਪਲ ਦੇਖੋ ਵੈਨ ਦੀ ਕ੍ਰਿਮੀਨਲ ਵਾਸ ਕਾਚਡ ਬਾਏ ਦੀ ਪੁਲਿਸ ਹੀ ਬੀਟ ਅਰਾਊਂਡ ਦੀ ਬੁਸ਼ ਜਦੋਂ ਕ੍ਰਿਮੀਨਲ ਨੂੰ ਪੁਲਿਸ ਨੇ ਪਕੜ ਲਿਆ ਹੀ ਬੀਟ ਅਰਾਊਂਡ ਦੀ ਬੁਸ਼ ਉਹ ਸਾਫ਼ ਗੱਲ ਕਲੀਅਰ ਗੱਲ ਨਹੀਂ ਦੱਸ ਰਿਹਾ ਸੀਗਾ ਠੀਕ ਹੈ ਓਕੇ ਥੀਸ ਆਰ ਦੀ ਆਡੀਅੰਸ ਮਸਟ ਸਬਸਕ੍ਰਾਈਬ ਐਂਡ ਸ਼ੇਅਰ ਵੀਡੀਓ ਵਿਦ ਟੂ ਫਰੈਂਡਸ ਸਿਰਫ ਦੋ ਜਣਿਆਂ ਨਾਲ ਜਰੂਰ ਸ਼ੇਅਰ ਕਰਿਓ ਥੈਂਕ ਯੂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ